ਜ਼ਿਲ੍ਹਾ ਤਰਨਤਾਰਨ ਦੇ ਸੈਕਟਰ ਖੇਮਕਰਨ ਵਿਖੇ ਸੀਮਾ ਸੁਰੱਖਿਆ ਬਲ ਦੀ 14 ਬਟਾਲੀਅਨ ਨੇ ਪਾਕਿਸਤਾਨ ਵੱਲੋਂ ਭੇਜੀ ਗਈ 30 ਪੈਕਟ ਹੈਰੋਇਨ ਸਮੇਤ ਇੱਕ ਸਮਗਲਰ ਨੂੰ ਕਾਬੂ ਕੀਤਾ ਹੈ। ਸੀਮਾ ਸੁਰੱਖਿਆ ਬਲ ਦੇ DIG SK ਮਹਿਤਾ ਨੇ ਦੱਸਿਆ ਕਿ ਬੀਤੀ ਰਾਤ ਸਰਹੱਦ ਦੇ ਜਵਾਨਾਂ ਨੇ ਕੋਈ ਹਲਚਲ ਵੇਖੀ ਤਾਂ ਦੇਖਿਆ ਕਿ 2 ਪਾਕਿਸਤਾਨੀ ਪਾਈਪ ਰਾਹੀਂ ਹੈਰੋਇਨ ਭਾਰਤੀ ਖੇਤਰ ਵਿੱਚ ਸੁੱਟ ਰਹੇ ਸਨ। ਇਸ ਦੇ BSF ਨੇ ਫਾਇਰਿੰਗ ਵੀ ਕੀਤੀ। ਸਰਚ ਦੌਰਾਨ ਜਵਾਨਾਂ ਨੇ 2 ਥਾਵਾਂ ਤੋਂ 30 ਪੈਕਟ ਹੈਰੋਇਨ ਬਰਾਮਦ ਕੀਤੇ। BSF ਨੇ ਇੱਕ ਪਾਕਿਸਤਾਨੀ ਸਮਗਲਰ ਨੂੰ ਕਾਬੂ ਵੀ ਕੀਤਾ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇਸ ਹੈਰੋਇਨ ਦੀ ਕੀਮਤ 150 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹਮਾਰੀ ਬਟਾਲੀਅਨ ਖੇਮਕਰਨ ਬਟਾਲੀਅਨ ਨੇ ਜੋ ਹੈ ਬਹੁਤ ਅੱਛਾ 2 ਸਕਸੈਸਫੁਲ ਆਪਰੇਸ਼ਨ ਕਰਾ ਹੈ। ਕੱਲ੍ਹ ਜੈਸੇ ਆਪ ਲੋਕੋ ਪਤਾ ਹੈ ਕਿ ਮੌਸਮ ਕਾਫੀ ਖਰਾਬ ਥਾ, ਰਾਤ ਕੋ ਬਾਰਿਸ਼ ਵੀ ਥੀ ਔਰ ਇੱਕ ਪ੍ਰਕਾਰ ਸੇ ਜੋ ਹੈ ਮੂਨ ਕਾ ਵੀ ਜੋ ਡਾਰਕ ਫੇਸ ਥਾ, ਇਹ ਚੀਜ਼ ਕਾ ਪਹਿਲੇ ਜੋ ਹੈ ਯੂਨਿਟ ਨੇ ਅਸੈਸ ਕੀਆ ਔਰ ਜੋ ਹਮਾਰੀ ਚੌਕਸੀ ਹੈ ਉਸਕੋ ਬੜਾਇਆ ਔਰ ਜੋ ਯਹਾਂ ਹਮਾਰੇ ਜੋ ਹੇਟ ਪਾਰਟੀਜ਼ ਹੈ ਉਹ ਜ਼ਿਆਦਾ ਜੋ ਹੈ ਨਫਰੀ ਮੇ ਗਈ ਆਗੇ ਔਰ ਸਾਥ ਮੇ ਜੋ ਹੈ ਹਰ ਜਗ੍ਹਾ ਜੋ ਹੈ ਹਮਾਰੇ ਸਬਾਰਡੀਨੇਟ ਆਫਿਸ ਡਿਪਲੋਏ ਹੋਏ ਔਰ ਆਪ ਸਭਕੋ ਜਾਣ ਕੇ ਵੀ ਖੁਸ਼ੀ ਹੋਗੀ ਕਿ ਜੋ ਹੈ 2 ਜਗ੍ਹਾ ਮੈਂ ਜੋ ਹੈ ਇਹ ਹਮਾਰੀ ਬੜੀ ਰਿਕਵਰੀਜ਼ ਹੋਈ ਹੈ। ਇੱਕ ਜਗ੍ਹਾ ਹਮਾਰੇ 9 ਜੋ ਹੈ ਹੀਰੋਇਨ ਕੋ ਪੈਕਟਸ ਰਿਕਵਰ ਕੀ ਗਏ ਔਰ ਅਗਲੀ ਜਗ੍ਹਾ ਜੋ ਹੈ 21, ਤੋ ਇਹ ਬਹੁਤ ਅੱਛਾ ਅਚੀਵਮੈਂਟ ਰਹਾ ਹੈ ਔਰ ਇਸਕੇ ਲਈ ਜੋ ਹੈ ਕੰਪਲੀਮੈਂਟ ਜਾਤਾ ਹੈ ਯੂਨਿਟ ਕੇ ਸਭੀ ਆਫਿਸਰਸ ਇੰਪੋਰਟੈਂਟ ਆਫਿਸਰਸ ਔਰ ਜਵਾਨੋ ਕੋ ਜਿਨ੍ਹੋਂਨੇ ਅੱਛੇ ਤਰੀਕੇ ਸੇ ਆਪਰੇਸ਼ਨ ਕੀਆ ਹੈ ਔਰ ਸਾਥ ਮੇ ਜੋ ਹੈ ਐਸਾ ਕੋਈ ਆਗੇ ਵੀ ਜੋ ਕੋਈ ਸਮਗਲਿੰਗ ਐਕਟੀਵਿਟੀ ਜੋ ਯੂਨਿਟ ਪੂਰੀ ਤਰੀਕੇ ਸੇ ਤਿਆਰ ਹੈ ਉਸਕੋ ਵਿਫਲ